ਗੁਸਾਈਆਂ ਵੇ ਸੱਚੇ ਗੁਸਾਈਆਂ ਵੇ 84 ਦੇ ਕਹਿਰ ਦਾ ਤੈਨੂੰ ਦਰਦ ਸੁਣਾਵਾਂ ਵੇ ਹਿਰਦੇ ਦੇ ਨਸੂਰ ਨਸੂਰਾਂ ਨੂੰ ਹਿਰਦੇ ਦੇ ਨਸੂਰਾਂ ਨੂੰ ਤੈਨੂੰ ਚੀਰ ਚੀਰ ਵਿਖਾਵਾਂ ਵੇ ਤੇਰੇ ਸ਼ਹੀਦੀ ਦਿਹਾੜੇ 'ਤੇ ਤੇਰੇ ਸ਼ਹੀਦੀ ਦਿਹਾੜੇ 'ਤੇ ਸਰਕਾਰ ਨੇ ਬੜਾ ਕਹਿਰ ਕਮਾਇਆ ਸੀ ਹਰਿਮੰਦਰ ਸਾਹਿਬ ਨੂੰ ਫੌਜਾਂ ਨੇ ਆ ਘੇਰਾ ਪਾਇਆ ਸੀ ਫਿਰ ਟੈਂਕਾਂ 'ਤੇ ਤੋਪਾਂ ਨਾਲ ਬੰਬਾਂ 'ਤੇ ਗੋਲਿਆਂ ਨਾਲ ਰੱਬ ਦੇ ਪਵਿੱਤਰ ਘਰ 'ਤੇ ਮੀਂਹ ਵਰਸਾਇਆ ਸੀ ਹਰਿਮੰਦਰ ਸਾਹਿਬ ਦੇ ਸੀਨੇ 'ਤੇ ਗੋਲੀਆਂ ਮਾਰੀਆਂ ਸਨ ਅਕਾਲ ਤਖਤ ਸਾਹਿਬ ਨੂੰ ਖੰਡਰ ਬਣਾਇਆ ਸੀ ਗੁਰੂ ਦਿਆਂ ਸੇਵਕਾਂ ਸ਼ਰਧਾਲੂਆਂ ਨੂੰ ਗੁਰੂ ਦਿਆਂ ਸੇਵਕਾਂ ਸ਼ਰਧਾਲੂਆਂ ਨੂੰ ਭੁੱਖਿਆਂ ਪਿਆਸਿਆਂ ਨੂੰ ਪਸ਼ੂਆਂ ਵਾਂਗ ਨੂੜ ਕੇ ਜਬਰ 'ਤੇ ਜ਼ੁਲਮਾਂ ਦਾ ਕਹਿਰ ਵਰਤਾਇਆ ਸੀ ਜਵਾਨਾਂ ਅਤੇ ਬੁੱਢਿਆਂ ਨੂੰ ਬੱਚਿਆਂ ਅਤੇ ਮਾਵਾਂ ਨੂੰ ਅਲੜਾ ਮੁਟਿਆਰਾਂ ਨੂੰ ਸਾਰੇ ਪਰਿਵਾਰਾਂ ਨੂੰ ਜ਼ੁਲਮ ਦੀ ਭੱਠੀ ਵਿੱਚ ਆਵੇ ਚੜ੍ਹਾਇਆ ਸੀ ਜਿਵੇਂ ਭੱਠੀਆਂ 'ਚ ਆਵੇ ਇੱਟਾਂ 'ਤੇ ਚੜ੍ਹਦੇ ਹੈ ਅਲੜਾ ਮੁਟਿਆਰਾਂ ਨੂੰ ਸਾਰੇ ਪਰਿਵਾਰਾਂ ਨੂੰ ਜ਼ੁਲਮ ਦੀ ਭੱਠੀ ਵਿੱਚ ਆਵੇ ਚੜ੍ਹਾਇਆ ਸੀ ਖੂੰਖਾਰਾਂ ਅਤੇ ਕੁੱਤਿਆਂ ਨੇ ਕਸਾਈਆਂ ਅਤੇ ਬੁੱਚੜਾਂ ਨੇ ਮਾਵਾਂ ਤੋਂ ਖੋ ਖੋ ਸੰਗੀਨਾਂ ਨਾਲ ਖੋ ਖੋ ਸੰਗੀਨਾਂ ਨਾਲ ਖੋ ਖੋ ਲਾਸ਼ਾਂ ਮਾਸੂਮਾਂ ਦੀਆਂ ਸਰੋਵਰ ਵਿੱਚ ਸੁੱਟੀਆਂ ਸਨ ਖੂੰਖਾਰਾਂ ਅਤੇ ਕੁੱਤਿਆਂ ਨੇ ਕਸਾਈਆਂ ਅਤੇ ਬੁੱਚੜਾਂ ਨੇ ਮਾਵਾਂ ਤੋਂ ਖੋ ਖੋ ਸੰਗੀਨਾਂ ਨਾਲ ਖੋ ਖੋ ਲਾਸ਼ਾਂ ਮਾਸੂਮਾਂ ਦੀਆਂ ਸਰੋਵਰ ਵਿੱਚ ਸੁੱਟੀਆਂ ਸਨ ਜਵਾਨਾਂ ਦੇ ਹੱਥ ਬੰਨ ਕੇ ਗੋਲੀਆਂ ਮਾਰੀਆਂ ਸਨ ਮਾਵਾਂ ਭੈਣਾਂ ਅਤੇ ਮੁਟਿਆਰਾਂ ਦੀਆਂ ਇੱਜ਼ਤਾਂ ਉਹਨਾਂ ਲੁੱਟੀਆਂ ਸਨ ਬਜ਼ੁਰਗਾਂ ਦੀਆਂ ਦਾੜੀਆਂ ਉਹਨਾਂ ਬੇਸ਼ਰਮਾਂ ਨੇ ਕੁੱਟੀਆਂ ਸਨ ਸਾਰੀ ਪਰਿਕਰਮਾਂ ਨੂੰ ਲਾਸ਼ਾਂ ਨਾਲ ਭਰ ਦਿੱਤਾ ਸਰੋਵਰ ਦਾ ਜਲ ਸਾਰਾ ਲਹੂ ਲਹੂ ਕਰ ਦਿੱਤਾ ਜ਼ਖਮੀਆਂ ਨੂੰ ਲਹੂ ਲੁਹਾਨਾਂ ਨੂੰ ਟਰੱਕਾਂ ਵਿੱਚ ਭਰ ਭਰ ਸ਼ਮਸ਼ਾਨ ਭੂਮੀ ਪਹੁੰਚਾਇਆ ਸੀ ਉਹਨਾਂ ਵਿੱਚੋਂ ਜਿਉਂਦਿਆਂ ਕਰੁਲਾਉਂਦਿਆਂ ਸਰੀਰਾਂ ਨੂੰ ਢੇਰ ਲਗਾ ਕੇ ਤੇਲ ਦੇ ਪੀਪੇ ਪਾ ਕੇ ਲੰਬੂ ਲਾਇਆ ਸੀ ਸਾਰੇ ਮੁਲਕ ਵਿੱਚ ਹਨੇਰੀ ਇੱਕ ਝੁੱਲੀ ਸੀ ਸਾਰੇ ਮੁਲਕ ਵਿੱਚ ਹਨੇਰੀ ਇਹ ਝੁੱਲੀ ਸੀ ਸਿੱਖਾਂ ਦੀ ਪੱਗ ਗਲੀਆਂ ਵਿੱਚ ਰੁੱਲੀ ਸੀ ਸਿੱਖਾਂ ਦੀ ਪੱਗ ਗਲੀਆਂ ਵਿੱਚ ਰੁੱਲੀ ਸੀ ਦੁਸ਼ਟਾਂ ਦੀਆਂ ਟੋਲੀਆਂ ਨੇ ਸਿੱਖਾਂ ਦੇ ਘਰ ਘਾਟ ਉਜਾੜੇ ਸਨ ਸੜਕਾਂ ਬਾਜ਼ਾਰਾਂ ਵਿੱਚ ਜਿਉਂਦੇ ਸਿੱਖ ਸਾੜੇ ਸਨ ਦੁਸ਼ਟਾਂ ਦੀਆਂ ਟੋਲੀਆਂ ਨੇ ਸਿੱਖਾਂ ਦੇ ਘਰ ਘਾਟ ਉਜਾੜੇ ਸਨ ਸੜਕਾਂ ਬਾਜ਼ਾਰਾਂ ਵਿੱਚ ਜਿਉਂਦੇ ਸਿੱਖ ਸਾੜੇ ਸਨ ਹੁਕਮਰਾਨਾਂ ਨੇ ਬਾਕੀਆਂ 'ਤੇ ਜੋ ਕੀਤਾ ਹੁਕਮਰਾਨਾਂ ਨੇ ਭੀੜਾਂ ਉਕਸਾਈਆਂ ਸਨ ਹੁਕਮਰਾਨਾਂ ਨੇ ਭੀੜਾਂ ਉਕਸਾਈਆਂ ਸਨ ਕਾਨੂੰਨ ਦੇ ਰਾਖਿਆਂ ਕੀਤੀਆਂ ਅਗਵਾਈਆਂ ਸਨ ਮੁਲਕ ਦੇ ਨਾਜ਼ੀਆਂ ਨੇ ਮਕਾਰਾਂ ਅਤੇ ਪਾਜ਼ੀਆਂ ਨੇ ਅਬਦਾਲੀ ਅਤੇ ਬਾਬਰ ਜਿਹਾ ਨੂੰ ਵੀ ਜਬਰ ਅਤੇ ਜ਼ੁਲਮਾਂ ਵਿੱਚ ਮਾਤ ਪਾ ਦਿੱਤਾ ਮਨੁੱਖਤਾ ਦੇ ਮੱਥੇ 'ਤੇ ਕਲੰਕ ਸੀ ਲਾ ਦਿੱਤਾ ਦੁੱਖ ਹੈ ਕਿ ਅੱਜ ਤੱਕ ਇਸ ਕਲੰਕ ਨੂੰ ਧੋਣ ਦਾ ਯਤਨ ਵੀ ਨਹੀਂ ਕੀਤਾ ਪਰ ਦੇਰ ਹੈ ਅੰਧੇਰ ਨਹੀਂ ਉਹ ਵੀ ਕੁੱਤੇ ਦੀ ਮੌਤ ਮਰਨਗੇ ਮਰ ਵੀ ਰਹੇ ਹਨ ਕਿਉਂਕਿ ਹਰ ਵਕਤ ਉਹਨਾਂ ਦੇ ਸਿਰ 'ਤੇ ਡਰ ਦੀ ਤਲਵਾਰ ਲਟਕ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਭਾਈ ਵੀਰ ਸਿੰਘ ਜੀ ਦਾ ਅੱਜ 55th ਬਰਸੀ ਮਨਾਈ ਜਾ ਰਹੀ ਹੈ ਔਰ ਕਵਿਤਾਵਾਂ ਦੁਆਰਾ ਸੰਤਾਂ ਨੂੰ ਹੱਲ ਕੀਤਾ ਗਿਆ ਹੈ ਬੀਬੀ ਨਰਿੰਦਰ ਕੌਰ ਜੀ ਜਿਹੜਾ ਅੱਜ ਨੇ ਕਵਿਤਾ ਦੁਆਰਾ ਹੱਲ ਕੀਤਾ ਹੈ ਦਾਸ ਸਮਾਧੀ ਹੈ ਤੋਂ ਹੋਰ ਕਵੀਆਂ ਨੇ ਆਉਣਾ ਸੀ ਹਾਂ ਤੁਸੀਂ ਸਾਹਿਬ ਜੰਗ ਜੀ ਆਏ ਨਹੀਂ ਹਲੇ ਸੋ ਜੇ ਆਏ ਤਾਂ ਮੈਂ ਕੋਲ ਵੀ ਕਵਿਤਾ ਜ਼ਰੂਰ ਸਰਵਨ ਕਰਾਂਗੇ ਇਹਨਾਂ ਤੋਂ ਪਹਿਲੇ ਭਾਈ ਅਮਰਜੀਤ ਸਿੰਘ ਜੀ ਨੇ ਗਿਆਨੀ ਜੀ ਨੇ ਮਨੋਹਰ ਆਪਣੇ ਸ਼ੁਭ ਵਿਚਾਰਾਂ ਨਾਲ ਸੰਸਾਰ ਜੋੜਿਆ ਹੈ ਔਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜੀਵਨੀ ਬਹੁਤ ਦਰਸਾਇਆ ਹੈ ਦਾਸਾਂ ਦਾ ਧੰਨਵਾਦੀ ਹੈ ਬੇਨਤੀ ਕਰਦੇ ਹਾਂ ਬੀਬੀ